ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਐਂਟਰਟੇਨਮੈਂਟ ਟੀ ਵੀ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ ਤੁਹਾਡਾ ਹੋਸਟ ਅੱਜ ਲੈ ਕੇ ਆਇਆ ਹਾਂ ਮਿੰਦੋ ਤਹਿਸੀਲ ਦਾਰਨੀ ਦੀ ਰਿਲੀਜ਼ਿੰਗ ਡੇਟ। ਜੀ ਹਾਂ ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬਸ ਇਹੀ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ। ਸੋ ਦੋਸਤੋ, ਅੱਜ ਮਿੰਦੋ ਤਹਿਸੀਲ ਦਾਰਨੀ ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁੱਕਾ ਹੈ, ਜੋ ਕਿ ਕਰਮਜੀਤ ਅਰਮੋਲ ਅਤੇ ਰਜਵੀਰ ਜਵੰਦਰ ਜੀ ਨੇ ਸ਼ੇਅਰ ਕਰ ਦਿੱਤਾ ਹੈ। ਮਿੰਦੋ ਤਹਿਸੀਲਦਾਰਨੀ ਲਾਵਾਂ ਫੇਰੇ ਦੀ ਅਪਾਰ ਸਫਲਤਾ ਤੋਂ ਬਾਅਦ ਇਹ ਫਿਲਮ ਬਣਾਈ ਗਈ ਹੈ ਅਤੇ ਇਸ ਨੂੰ ਕਰਮਜੀਤ ਅਰਮੋਲ ਦੀ ਪ੍ਰੋਡਕਸ਼ਨ ਨੇ ਬਣਾਇਆ ਹੈ। ਇਸ ਵਿੱਚ ਮੁੱਖ ਭੂਮਿਕਾ ਵਿੱਚ ਕਵਿਤਾ ਕੌਸ਼ਿਕ ਜੀ, ਰਜਵੀਰ ਜਵੰਦਰ ਅਤੇ ਕਰਮਜੀਤ ਅਰਮੋਲ ਦੇਖੇ ਜਾਣਗੇ ਅਤੇ ਇਹ ਫਿਲਮ ਓਮ ਜੀ ਗਰੁੱਪ ਵੱਲੋਂ ਰਿਲੀਜ਼ ਕੀਤੀ ਜਾਵੇਗੀ 28 ਜੂਨ 2019 ਨੂੰ। ਸੋ ਦੋਸਤੋ, ਹੁਣ ਸਾਰੇ ਤੁਸੀਂ ਫਿਰ ਇੱਕ ਬਹੁਤ ਜ਼ਬਰਦਸਤ ਕਮੇਡੀ ਦਾ ਇੰਤਜ਼ਾਰ ਕਰੋ ਅਤੇ ਇਸ ਦਾ ਟ੍ਰੇਲਰ ਜਦੋਂ ਆਏਗਾ ਉਦੋਂ ਉਸਦਾ ਰਿਵਿਊ ਕਰ ਦਿੱਤਾ ਜਾਏਗਾ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।